ਦੇ ਮੇਨ ਗੇਟ ਨੂੰ ਲੱਗਾ ਤਾਲਾ, ਸਕੂਲ ਦੇ ਬੰਦ ਗੇਟ ਦੇ ਸਾਹਮਣੇ ਸਕੂਲ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਕੂਲੀ ਬੱਚਿਆਂ ਦੇ ਮਾਪੇ। ਇਹ ਤਾਲਾ ਕਿਸੇ ਹੋਰ ਨੇ ਨਹੀਂ ਬਲਕਿ ਸਕੂਲ ਵਿੱਚ ਪੜ੍ਹਨ ਵਾਲੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਲਾਇਆ। ਇਹ ਨਜ਼ਾਰਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਕੈਨਾਲ ਕਲੋਨੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦਾ, ਜਿੱਥੇ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਆਪਸੀ ਰੰਜਿਸ਼ ਦਾ ਸ਼ਿਕਾਰ ਸਕੂਲ ਵਿੱਚ ਪੜ੍ਹਨ ਵਾਲੇ ਛੋਟੇ ਛੋਟੇ ਬੱਚਿਆਂ ਨੂੰ ਹੋਣਾ ਪੈ ਰਿਹਾ ਹੈ। ਮੀਡੀਆ ਦੀ ਸੁਰਖੀਆਂ ਬਣੀ ਖਬਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਵਿੱਚ ਦਸਤਕ ਦਿੱਤੀ ਤਾਂ ਬਿਨਾਂ ਸਮਾਂ ਵਿਅਰਥ ਕੀਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਥਾਨਕ ਪੁਲਿਸ ਕਰਮਚਾਰੀ ਵੀ ਸਕੂਲ ਵਿੱਚ ਪਹੁੰਚ ਗਏ। ਮਾਮਲਾ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਰਜਿੰਦਰ ਸਿੰਘ ਅਤੇ ਸਕੂਲ ਦੇ ਮੁੱਖ ਅਧਿਆਪਕ ਗੁਰਜੀਤ ਸਿੰਘ ਸੋਢੀ ਦੀ ਆਪਸੀ ਖਹਿਬਾਜ਼ੀ ਦਾ। ਮਾਮਲਾ ਉਸ ਵੇਲੇ ਜ਼ਿਆਦਾ ਗੰਭੀਰ ਹੋ ਗਿਆ ਜਦੋਂ ਦੋਹਾਂ ਅਧਿਆਪਕਾਂ ਦੀ ਖਹਿਬਾਜ਼ੀ ਹੱਥਾਪਾਈ ਵਿੱਚ ਬਦਲ ਗਈ ਅਤੇ ਰਜਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਅਧਿਆਪਕ ਰਜਿੰਦਰ ਸਿੰਘ ਨੂੰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਦੋਹੇ ਅਧਿਆਪਕਾਂ ਦੇ ਆਪਸੀ ਝਗੜੇ ਸੰਬੰਧੀ ਪੁੱਛੇ ਗਏ ਸਵਾਲ 'ਤੇ ਸਕੂਲੀ ਬੱਚਿਆਂ ਨੇ ਦੱਸਿਆ ਕਿ ਅਧਿਆਪਕ ਰਜਿੰਦਰ ਸਿੰਘ ਪੜ੍ਹਾਈ ਦੇ ਨਾਲ ਨਾਲ ਸਾਨੂੰ ਖੇਡਾਂ ਵੀ ਕਰਵਾਉਂਦੇ ਸਨ ਅਤੇ ਗੁਰਜੀਤ ਸਿੰਘ ਸੋਢੀ ਖੇਡਣ ਤੋਂ ਰੋਕਦੇ ਹਨ, ਜਿਸ ਨੂੰ ਲੈ ਕੇ ਅੱਜ ਦੋਹੇ ਅਧਿਆਪਕ ਆਪਸ ਵਿੱਚ ਲੜ ਪਏ। ਇਸ ਮਾਮਲੇ ਸੰਬੰਧੀ ਜਾਂਚ ਕਰ ਰਹੇ DO ਪ੍ਰਾਇਮਰੀ ਫਿਰੋਜ਼ਪੁਰ ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਦੇ ਬਿਆਨ ਕਲਮ ਬੰਦ ਕੀਤੇ ਗਏ ਹਨ ਅਤੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਅਧਿਆਪਕ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਸੁਖਚੈਨ ਸਿੰਘ, ਨਿਊਜ਼ ਟਾਈਮ ਪੰਜਾਬ, ਫਿਰੋਜ਼ਪੁਰ। ਮੇਰਾ ਨਾਮ ਰਜਿੰਦਰ ਸਿੰਘ ਹੈ, IEV ਅਧਿਆਪਕ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕਨਾਲ ਕਲੋਨੀ ਵਿੱਚ ਕੰਮ ਕਰ ਰਿਹਾ ਵਾਂ। ਹਾਂਜੀ। ਔਰ ਅੱਜ ਜੋ ਹੈ 12:15 ਦੇ ਕਰੀਬ ਮੈਂ ਆਪਣੇ ਬੱਚਿਆਂ ਨੂੰ, ਜੋ ਹੈਂਡੀਕੈਪ ਬੱਚਿਆਂ ਨੂੰ ਐਸਯੋਗ ਬਣਾਉਣ ਦਾ ਕੰਮ ਕਰਦਾ ਕਿ ਤਾਂ ਕਿ ਉਹ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਿਲ ਹੋ ਸਕਣ। ਅੱਜ 12:15 ਦੇ ਕਰੀਬ ਮੈਂ ਆਪਣੀ ਕਲਾਸ ਲੈ ਰਿਹਾ ਸੀਗਾ, ਜਿਹਦੇ ਵਿੱਚ ਮੈਂ ਜਿਮ ਬਾਲ ਨਾਲ ਆਪਣੇ ਬੱਚਿਆਂ ਨੂੰ ਐਕਸਰਸਾਈਜ਼ ਕਰਵਾ ਰਿਹਾ ਸੀਗਾ। ਅਤੇ ਸਾਡੇ ਜਿਹੜੇ ਸੀਨੀਅਰ ਉਹ ਸਕੂਲ ਦੇ ਮੁਖੀ ਟੈਂਪਰੇਰੀ ਤੌਰ 'ਤੇ ਲੱਗੇ ਹੋਏ ਨੇ, ਗੁਰਜੀਤ ਸਿੰਘ ਜੀ, ETT ਅਧਿਆਪਕ, ਉਹ ਮੇਰੀ ਕਲਾਸ 'ਚ ਆਏ ਗਰਾਊਂਡ ਦੇ ਵਿੱਚ ਜਿਹੜੀ ਮੈਂ ਕਸਰਤ ਕਰਾ ਰਿਹਾ ਸੀਗਾ, ਅਤੇ ਉਹਨਾਂ ਨੇ ਮੇਰੇ ਨਾਲ ਬਾਲ ਖੋਹੀ ਅਤੇ ਕਹਿੰਦੇ ਇਹ ਜਿਹੜੀ ਬਾਲ ਹੈ ਸਾਡੇ ਸਕੂਲ ਦੀ ਹੈ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਸਕੂਲ ਔਰ ਇਹ ਬੱਚੇ ਵੀ ਆਪਣੇ ਹੀ ਨੇ ਅਤੇ ਮੈਂ ਵੀ ਸਰਕਾਰੀ ਹਾਂ, ਅਤੇ ਇਸ ਤਰ੍ਹਾਂ ਨਹੀਂ ਆਪਾਂ ਨੂੰ ਕਰਨਾ ਚਾਹੀਦਾ, ਮੈਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ, ਮੈਂ ਕੋਈ ਨੁਕਸਾਨ ਨਹੀਂ ਕਰ ਰਿਹਾ ਹੈਗਾ। ਉਹਨਾਂ ਨੇ ਮੇਰੇ ਚੱਲਦੇ ਕੰਮ ਦੇ ਵਿੱਚ ਵਿਘਨ ਪਾਇਆ ਅਤੇ ਮੈਨੂੰ ਧੱਕਾ ਮਾਰਿਆ ਅਤੇ ਮੇਰੇ ਨਾਲ ਹੱਥੋਪਾਈ ਕੀਤੀ ਹੈ ਔਰ ਮੇਰੇ ਸੱਟਾਂ ਮਾਰੀਆਂ। ਮੈਂ ਆਪਣੀ ਭੱਜ ਕੇ ਜਾਨ ਬਚਾਈ, ਮੈਂ ਆਪਣਾ ਕਮਰਾ ਬੰਦ ਕਰ ਲਿਆ ਥਾਣੇ, ਔਰ ਪੁਲਿਸ ਸਟੇਸ਼ਨ ਨੂੰ ਮੈਂ ਫੋਨ ਕੀਤਾ, ਮੈਂਬਰ ਪੰਚਾਇਤ ਨੂੰ ਫੋਨ ਕੀਤਾ, ਪੁਲਿਸ ਨੇ ਆ ਕੇ ਦਰਵਾਜ਼ਾ ਖੁਲਵਾਇਆ ਮੇਰਾ ਅਤੇ ਮੇਰੀ ਜਾਨ ਬਚਾਈ। ਇਹ ਗੁਰਜੀਤ ਸਿੰਘ ਸੋਢੀ ਅਤੇ ਇਸ ਦੀ ਪਤਨੀ ਨੇ ਵੀ ਮੇਰੇ ਕੁਰਸੀਆਂ ਮਾਰੀਆਂ ਅਤੇ ਇਹਨਾਂ ਨੇ ਮੈਨੂੰ ਬਹੁਤ ਜਾਨੋਂ ਮਾਰਨ ਦੇ ਵੀ ਧਮਕੀਆਂ ਦਿੱਤੀਆਂ ਸੀ। ਪਹਿਲਾਂ ਵੀ ਇੱਕ ਐਪਲੀਕੇਸ਼ਨ SSP ਸਾਹਿਬ, ਮਾਣਯੋਗ SSP ਸਾਹਿਬ ਦੇ ਗਈ ਹੋਈ ਹੈ, ਪਰ ਅਜੇ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਪਈ ਹੈ। PC ਨੰਬਰ ਲੱਗ ਕੇ ਥਾਣਾ ਕੈਂਟ ਦੇ ਵਿੱਚ ਉਹ ਚੱਲਦੀ ਪਈ ਹੈ, ਕਿਸੇ ਨੇ ਵੀ ਕੋਈ ਗੌਰ ਨਹੀਂ ਫਰਮਾਈ। ਮੇਰੀ ਜਾਨ ਨੂੰ ਖਤਰਾ ਹੈ, ਅਗਰ ਕੋਈ ਨੁਕਸਾਨ ਹੁੰਦਾ ਤਾਂ ਇਹ ਜ਼ਿੰਮੇਵਾਰ ਹੋਣਗੇ। ਸੀ ਜਿਹੜੇ ਟੀਚਰਾਂ ਨਾਲ ਆਪਸ ਵਿੱਚ ਲੜੇ ਨੇ, ਕੀ ਅੱਜ ਕਾਰਵਾਈ ਸਰ ਕਰ ਰਹੇ ਉਹਨਾਂ? ਮੈਂ ਜੀ ਅੱਜ ਇੱਥੇ ਆਇਆ ਅਤੇ ਮੈਂ ਪਿੰਡ ਦੀ ਪੰਚਾਇਤ, ਪਿੰਡ ਦੇ ਵਸਨੀਕ ਅਤੇ ਜਿਹੜੇ ਬੱਚਿਆਂ ਦੇ ਪੇਰੈਂਟਸ, ਉਹਨਾਂ ਸਾਰਿਆਂ ਨੂੰ ਸੱਦਿਆ। ਪਹਿਲਾਂ ਮੇਰੇ ਤੋਂ ਕੁਝ ਹਾਜ਼ਰ ਨਹੀਂ ਸੀਗੇ ਅਤੇ ਮੈਂ ਉਹਨਾਂ ਦੀ ਫਿਰ ਇਸ ਤੋਂ ਇਲਾਵਾ ਬੱਚਿਆਂ ਦੀ ਵੀ ਸਟੇਟਮੈਂਟ ਲਈ ਆ ਵੀ ਇਹਦਾ ਕੀ ਕਾਰਨ ਹੈ। ਉਹ ਕਾਰਵਾਈ ਤਾਂ ਮੈਂ ਕਰਨੀ ਕੰਪਲੀਟ। ਹੁਣ ਇਸ ਤੋਂ ਇਲਾਵਾ ਮੈਂ ਜਿਹੜੇ ਇੱਕ ਬੰਦੇ ਜਿਹੜੇ ਆਪਸ ਵਿੱਚ ਲੜਾਈ ਹੋਈ ਆ, ਉਹਨਾਂ ਬੰਦਿਆਂ ਦੇ ਵੀ ਬਿਆਨ ਲਾਉਂਗਾ
ਉਸ ਤੋਂ ਬਾਅਦ ਫਿਰ ਮੈਂ ਐਕਸ਼ਨ ਲਾਉਂਗਾ ਵੀ ਇਹ ਕਾਰਨ ਕੀ ਹੈਗਾ ਅਤੇ ਇਹ ਕਾਰਨ ਜਦੋਂ ਉਹਨੂੰ ਲੱਭ ਗਿਆ ਵੀ ਕੀ ਇਹਦੇ 'ਤੇ ਮੇਨ ਕਾਰਨ ਕੀ ਆ ਅਤੇ ਹੁਣ ਜਿਹੜਾ ਉਸ ਤੋਂ ਬਾਅਦ ਆ ਵੀ ਉਹਨਾਂ ਬੰਦਿਆਂ ਨੂੰ ਇੱਕ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਜਾਵੇ। ਅਤੇ ਸਰ ਇਹਨਾਂ 'ਚ ਕਿਸੇ ਨੇ ਸਸਪੈਂਡ ਵੀ ਕੀਤਾ ਜਾਏਗਾ ਜਾਂ ਨਹੀਂ ਸਸਪੈਂਡ? ਕਿਉਂਕਿ ਉਹ ਅਸੀਂ ਅਜੇ ਇੱਕਦਮ ਨਹੀਂ ਐਕਸ਼ਨ ਲੈ ਸਕਦੇ, ਉਸ ਤੋਂ ਬਾਅਦ ਜਦੋਂ ਸਾਰੀ ਸਕਰੀਨਿੰਗ ਸਾਰੀ ਮਤਲਬ ਟੋਟਲੀ ਕਾਰਵਾਈ ਹੋ ਜੂਗੀ, ਉਸ ਤੋਂ ਬਾਅਦ ਫਿਰ ਅਸੀਂ ਆਪਾਂ ਐਕਸ਼ਨ ਲਵਾਂਗੇ। ਅਤੇ ਸਰ ਇਹਦਾ ਲੜਾਈਆਂ ਲੱਗ ਰਿਹਾ ਮਤਲਬ ਸਕੂਲਾਂ ਵਿੱਚ ਹੁੰਦੀਆਂ, ਇਹ ਤਾਂ ਸਰ ਬੱਚਿਆਂ ਦੇ ਭਵਿੱਖ ਕਿੱਦਾਂ ਬਣੇਗਾ? ਨਹੀਂ ਇਹ ਲੜਾਈਆਂ ਹੁਣ ਨਹੀਂ ਹੋਣਗੀਆਂ, ਜਿੱਥੇ ਅਸੀਂ ਇੱਕ ਵਾਰੀ ਆ ਗਏ ਉਹਨਾਂ ਨੂੰ ਅਸੀਂ ਇਹ ਵਿਚਾਰਾਂਗੇ ਵੀ ਇਹਦਾ ਲੜਾਈ ਦਾ ਕਾਰਨ ਕੀ ਉਹ ਲੱਭਾਂਗੇ ਅਤੇ ਜਿਹੜੇ ਟੀਚਰ ਜ਼ਿੰਮੇਵਾਰ ਹੈਗਾ ਉਹਨੂੰ ਇੱਥੋਂ ਅਸੀਂ ਜੇ ਸਾਡੀ ਲੋਕ ਵੀ ਆਈ ਸਸਪੈਂਸ਼ਨ ਦੀ ਉਹ ਵੀ ਅਸੀਂ ਫਿਰ ਕਰ ਦਾਂਗੇ। ਮੇਰਾ ਨਾਮ ਅਨਿਲ ਕੁਮਾਰ ਹੈ ਜੀ। ਹਾਂ ਤੁਸੀਂ ਕੀ ਕਹਿਣਾ ਚਾਹੋ ਜੀ ਲੜਾਈ ਲੜਾਈ? ਇੱਦਾਂ ਜੀ ਕੱਲ੍ਹ ਨਾ ਮਤਲਬ ਕਿ ਇਹਦੇ ਨਾ ਕਲੋਨੀ ਦੇ ਵਿੱਚ ਸਕੂਲ ਦੇ ਵਿੱਚ ਲੜਾਈ ਹੋਈ ਰਜਿੰਦਰ ਸਰ ਅਤੇ ਸੋਢੀ ਸਰ ਦੀ, ਅਤੇ ਮੇਰਾ ਬੱਚਾ ਸੀ ਉਹ ਸਕੂਲ ਦੇ ਵਿੱਚ ਪੜ੍ਹ ਰਿਹਾ ਸੀ ਅਤੇ ਜਿੰਦੇ ਨਾਲ ਘਬਰਾ ਕੇ ਘਰ ਚਲਾ ਗਿਆ, ਮੈਨੂੰ ਘਰੋਂ ਫੋਨ ਆਇਆ ਵੀ ਇੱਦਾਂ ਦਾ ਲੜਾਈ ਹੋਈ ਸਕੂਲ ਦੇ ਵਿੱਚ ਅਤੇ ਮਤਲਬ ਬੱਚਾ ਆਪਣਾ ਘਰ ਆ ਗਿਆ। ਮੈਂ ਘਰ ਆ ਕੇ ਪੁੱਛਿਆ ਇਹਨੂੰ ਮੈਂ ਕੀ ਗੱਲ ਹੋ ਗਈ, ਕਹਿੰਦੇ ਇੱਦਾਂ ਦਾ ਮਤਲਬ ਕਿ ਸੋਢੀ ਸਰ ਅਤੇ ਰਜਿੰਦਰ ਸਰ ਦੀ ਲੜਾਈ ਹੋਈ ਅਤੇ ਸੋਢੀ ਸਰ ਨੇ ਮਤਲਬ ਕਿ ਰਜਿੰਦਰ ਸਰ ਨੂੰ ਕੁੱਟਿਆ ਜੀ, ਅਤੇ ਮੈਂ ਕਿਹਾ ਤੈਨੂੰ ਕੀ ਹੋਇਆ? ਕਹਿੰਦਾ ਮੈਨੂੰ ਟੈਨਸ਼ਨ ਹੋ ਗਈ ਅਤੇ ਮੈਨੂੰ ਡੈਡੀ ਡਰ ਲੱਗ ਰਿਹਾ। ਮੈਂ ਕਿਸ ਗੱਲ ਦਾ? ਕਹਿੰਦੇ ਮੈਨੂੰ ਡਰ ਲੱਗ ਰਿਹਾ ਵੀ ਹਾਂ ਵੀ ਪੁਲਿਸ ਆ ਗਈ ਉੱਥੇ। ਮੈਂ ਪੁਲਿਸ ਆ ਗਈ ਫਿਰ ਵੀ ਤੂੰ ਤਾਂ ਨਹੀਂ ਕੁਛ ਕੀਤਾ ਜਾਂ ਤੈਨੂੰ ਤਾਂ ਨਹੀਂ ਮਾਰਿਆ ਗਿਆ? ਕਹਿੰਦਾ ਨਹੀਂ ਮੈਨੂੰ ਨਹੀਂ। ਇੱਦਾਂ ਹੀ ਅਸੀਂ ਤਾਂ ਮਤਲਬ ਬੱਚੇ ਨੂੰ ਇੱਥੇ ਪੜ੍ਹਾ ਰਹੇ ਹਾਂ। ਮੈਨੂੰ ਸੋਢੀ ਸਰ ਨੇ ਇੱਕ ਦੋ ਵਾਰੀ ਪਹਿਲਾਂ ਵੀ ਕਿਹਾ ਵੀ ਹਾਂ ਜੀ ਤੁਸੀਂ ਆਪਦੇ ਬੱਚੇ ਨੂੰ ਇੱਥੇ ਮਤਲਬ ਕਿ ਰੱਖ ਕੇ ਆਪਦੇ ਉਹਦੇ ਬੱਚੇ ਦਾ ਫਿਊਚਰ ਖਰਾਬ ਕਰਦੇ ਪਏ ਹੋ, ਵੀ ਕਿਸੇ ਨੂੰ ਹੋਰ ਪ੍ਰਾਈਵੇਟ ਸਕੂਲ ਦੇ ਵਿੱਚ ਪਾਓ ਤਾਂ ਚੰਗੇ ਸਕੂਲ ਦੇ ਵਾ। ਮੈਂ ਸਰ ਜੇ ਮੇਰਾ ਬੱਚਾ ਪਹਿਲਾਂ ਤਾਂ ਠੀਕ ਹੀ ਹੁੰਦਾ, ਵੈਸੇ ਦਿਮਾਗੀ ਤੌਰ 'ਤੇ ਕਮਜ਼ੋਰ ਹੈ, ਜੇ ਮੇਰਾ ਬੱਚਾ ਠੀਕ ਹੁੰਦਾ ਅਤੇ ਮੈਂ ਇਹਨੂੰ ਮਤਲਬ ਕਿ ਜ਼ਰੂਰ ਨਹੀਂ ਵੀ ਇੱਥੇ ਪਾਉਂਦਾ, ਮੈਂ ਵੀ ਪ੍ਰਾਈਵੇਟ ਸਕੂਲ 'ਚ ਪਾ ਸਕਦਾ, ਮੇਰੇ ਦੋ ਬੱਚੇ ਹੋਰ ਪੜ੍ਹ ਰਹੇ CBSE ਬੋਰਡ 'ਚ ਪੜ੍ਹਦੇ ਪਏ। ਵੀ ਇੱਦਾਂ ਹੀ ਮਤਲਬ ਜੇ ਲੜਾਈਆਂ ਸਕੂਲ ਦੇ ਵਿੱਚ ਚੱਲਦੀਆਂ ਰਹੀਆਂ ਅਤੇ ਅਧਿਆਪਕ ਬੱਚਿਆਂ ਨੂੰ ਤਾਂ ਕੀ ਬਣਾਉਣਗੇ, ਮਤਲਬ ਕਿ ਬੱਚਿਆਂ ਦਾ ਭਵਿੱਖ ਹੀ ਖਰਾਬ ਕਰਦੇ ਪਏ ਜੀ ਜ਼ਿਆਦਾ। ਵੀ ਸਾਡੀ ਤਾਂ ਇਹੀ ਮੰਗ ਹੈ ਜੀ ਬੱਚੇ ਮਤਲਬ ਕਿ ਆ ਗਿਆ ਜੋ ਟੀਚਰ ਵਧੀਆ ਲਿਆਇਆ ਜਾਏ ਅਤੇ ਨਾਲ ਮਤਲਬ ਕਿ ਜਿਹੜਾ ਰਜਿੰਦਰ ਸਰ ਅਸੀਂ ਵੇਖਿਆ ਬੱਚੇ ਦਾ ਇੰਪਰੂਵਮੈਂਟ ਵੀ ਹੈ, ਜਦੋਂ ਬੱਚਾ ਇੱਥੇ ਆਇਆ ਉਹਦੇ 'ਚ ਕੋਈ ਫਰਕ ਵੀ ਹੈ, ਬੱਚਾ ਪੜ੍ਹ ਰਿਹਾ ਥੋੜ੍ਹਾ ਅਤੇ ਸਾਨੂੰ ਇਹਦੇ ਬੱਚੇ ਦੇ ਬਦਲਾਅ ਵੀ ਦਿਖਿਆ। ਬਈ ਇਹੀ ਕਹਿਣਾ ਚਾਹੁੰਦੇ ਜੀ ਬੱਚੇ ਬੱਚੇ ਦਾ ਜਿਹੜਾ ਭਵਿੱਖ ਹੈ ਇਹ ਖਰਾਬ ਨਾ ਹੋ ਜੀ ਸਕੂਲ ਦਾ। ਕੀ ਤੁਸੀਂ ਦੱਸ ਰਹੇ ਹੋ ਮਤਲਬ ਕਿਸ ਤਰ੍ਹਾਂ ਦਾ ਹੋਊਗਾ? ਸਰ ਜੀ ਕੱਲ੍ਹ ਜਿਹੜੀ ਗੱਲ ਹੋਈ ਹੈ, ਜਿਹੜਾ ਰਜਿੰਦਰ ਸਿੰਘ ਹੈ ਜੀ ਸਾਡੇ ਸਕੂਲ ਦੇ ਵਿੱਚ ਆਈ ਵੀ ਵਲੰਟੀਅਰ ਹੈ, ਉਹ ਪਿਛਲੇ 2 ਸਾਲਾਂ ਤੋਂ ਜਿਹੜੀਆਂ ਮੇਰੀਆਂ ਸ਼ਿਕਾਇਤਾਂ ਵੱਖ ਵੱਖ ਵੱਲ ਅਫਸਰਾਂ ਦੇ ਕੋਲ ਕਰਦਾ ਰਿਹਾ ਅਤੇ ਮੈਂ ਇਹਨਾਂ ਤੋਂ ਤੰਗ ਆ ਕੇ ਮੈਂ ਆਪਣਾ ਇਹਨੂੰ ਇੱਕ ਲੀਗਲ ਨੋਟਿਸ ਭੇਜਿਆ ਸੀ। ਜਦੋਂ ਮੈਂ ਇਹਨੂੰ ਲੀਗਲ ਨੋਟਿਸ ਮਿਲਿਆ ਉਸ ਦਿਨ ਦਾ ਇਹ ਡਿਸਟਰਬ ਹੋਇਆ ਫਿਰਦਾ ਸੀਗਾ ਅਤੇ ਕੱਲ੍ਹ ਜਦੋਂ ਇਹ ਕੁਛ ਬੱਚਿਆਂ ਨੂੰ ਲੈ ਕੇ ਗਰਾਊਂਡ ਦੇ ਵਿੱਚ ਰਿਸੈਸ ਟਾਈਮ ਤੋਂ ਪਹਿਲਾਂ ਬੱਚਿਆਂ ਨੂੰ ਖੜਾ ਰਿਹਾ ਸੀ ਅਤੇ ਮੈਂ ਇਹਨੂੰ ਰਿਕੁਐਸਟ ਕੀਤੀ ਕਿ ਤੂੰ ਭਾਈ ਰਿਸੈਸ ਟਾਈਮ ਦੇ ਵਿੱਚ ਖੜਾ ਲਈ ਅਤੇ ਇਹ ਮੇਰੇ ਗੱਲ ਪੈ ਗਿਆ। ਇਹਨੇ ਮੈਨੂੰ ਜਿਹੜੀਆਂ ਸੋਟੀਆਂ ਨਾਲ ਮੇਰੇ ਵਾਰ ਕੀਤਾ, ਮੈਨੂੰ ਕਮਰੇ 'ਚ ਬੰਦ ਕਰਤਾ ਅਤੇ ਇਹਨੇ ਇੱਕ ਤੇਜ਼ ਧਾਰ ਹਥਿਆਰ ਨਾਲ ਮੇਰੀ ਜਿਹੜੀ ਖੱਬੀ ਬਾਂਹ 'ਤੇ ਵੀ ਵਾਰ ਕੀਤਾ। ਮੇਰੀ ਪਤਨੀ ਨੇ ਮੈਨੂੰ ਜਦੋਂ ਮੈਨੂੰ ਕਮਰੇ 'ਚ ਬੰਦ ਕੀਤਾ ਹੋਇਆ ਸੀਗਾ ਉਹਨੇ ਖੋਲ੍ਹ ਕੇ ਮੈਂ ਆਪਣੀ ਬੜੀ ਮੁਸ਼ਕਲ ਜਾਨ ਬਚਾ ਕੇ ਇੱਥੋਂ ਉੱਥੋਂ ਨਿਕਲਿਆ ਜੀ। ਕਿਵੇਂ ਆਏ ਸੀਗੇ? ਮੈਂ ਆਪਦਾ ਬੱਚਾ ਹੀ ਲੈ ਕੇ ਆਈ ਸੀ ਪੁੱਤਰਾਂ ਦਾ। ਅੱਛਾ ਅੱਛਾ, ਤੁਸੀਂ ਕੀ ਦੇਖਿਆ ਉੱਥੇ ਸਕੂਲ ਦੇ ਵਿੱਚ? ਅਸੀਂ ਇਹਨਾਂ ਨੂੰ ਬਸ ਲੜਦਿਆਂ ਨੂੰ ਵੇਖਿਆ, ਜੱਫੋ ਜੱਫੀ ਹੋ ਗਏ ਨੇ ਤੁਸੀਂ ਉੱਥੇ ਖੜੇ। ਕਿਵੇਂ ਲੜੇ ਕਿਵੇਂ ਨਾ ਤੁਸੀਂ? ਗੇਂਦ ਫੜਦੇ ਬਸ ਲੜੇ ਨੇ ਵੀ ਖੇਡਦੇ ਕਿਉਂ ਬੱਚੇ ਗਰਾਊਂਡ 'ਚ। 12:15 ਦਾ ਟਾਈਮ ਸੀ। ਕੌਣ ਕੌਣ ਲੜੇ ਨੇ ਟੀਚਰ? ਕੀ ਨਾਂ? ਸੋਢੀ ਸਰ ਅਤੇ ਰਜਿੰਦਰ ਸਰ ਅਤੇ ਉਹਦੇ ਘਰ ਵਾਲੀ ਜਿਹੜੀ ਪਰਮਜੀਤ, ਉਹ ਲਿਆਈ ਸੀ ਕੁਰਸੀ ਚੱਕ ਕੇ ਉਹਦੇ ਮਾਰਨ ਵਾਸਤੇ। ਉਹ ਇਸ ਕੁੜੀ ਨੇ ਫੜ ਲਈ ਕੁਰਸੀ ਅਤੇ ਫਿਰ ਨਹੀਂ ਮਾਰੀ, ਫੇਰਾਂ ਦੀ ਇੱਟ ਲਿਆ, ਇੱਟ ਮਾਰਨੀ। ਅਸੀਂ ਇੰਨਾ ਅਸੀਂ ਤਾਂ ਦੇਖਿਆ ਮੁੜ ਕੇ ਛਡਾ ਦਿੱਤਾ, ਅਸੀਂ ਛਡਾਇਆ ਅਸੀਂ ਆਪ ਇੱਥੋਂ ਅੰਜ ਗਲ ਫੜਿਆ ਸੀ ਅਤੇ ਗਲ ਅਸੀਂ ਉੱਧਰੋਂ ਇਸ ਕੁੜੀ ਨੇ ਫੜੀ ਬਾਂਹ ਅਤੇ ਉੱਧਰੋਂ ਮੈਂ ਕਹੀ ਗਲ ਛਡਾ ਤਾ। ਉਹ ਭੱਜ ਕੇ ਆਪਦੇ ਕਮਰੇ 'ਚ ਆ ਗਿਆ, ਮੁੜ ਕੇ ਕਮਰੇ 'ਚ ਆਣ ਕੇ ਵੀ ਲੱਤ ਮਾਰੀ ਉਹਨੇ ਕੁਰਸੀ 'ਤੇ ਬੈਠੇ। ਫਿਰ ਅਸੀਂ ਬੂਹੇ ਮਾਰ ਦਿੱਤੇ, ਉਹਨੂੰ ਅੰਦਰ ਤਾੜ ਦਿੱਤਾ। ਪੁਲਿਸ ਨੇ ਵੀ ਆਣ ਕੇ ਵੇਖਿਆ ਜੀ ਅੰਦਰ ਤਾੜਿਆ, ਅਤੇ ਜਿਹੜੇ ਦੋ ਬੰਦੇ ਹੋਰ ਆਏ ਸੀ ਉਹਨਾਂ ਨੇ ਵੀ ਵੇਖਿਆ।
ਬਦਲੀ ਹੋਣੀ ਚਾਹੀਦੀ ਨਹੀਂ ਤੇ ਸਾਡੇ ਬੱਚੇ ਨੀ ਪੜਨਗੇ ਇੱਥੇ। ਬੱਚੇ ਤਾਂ ਡਰਦੇ ਨੇ ਲੜਾਈ ਤੋਂ, ਕੱਲ ਸਾਰੇ ਕਮਰੇ ਚ ਵੜ ਗਏ ਸੀ, ਭੱਜ ਗਏ ਸੀਗੇ ਵੀ ਅਸੀਂ ਨੀ ਇੱਥੇ ਪੜਨਾ। ਅੱਜ ਆਉਂਦੇ ਸੀ ਅਸੀਂ ਜਾਣਾ ਨੀ, ਅਸੀਂ ਕਹੀਂ ਨਾਲ ਚੱਲਣੇ ਲੈ ਕੇ ਚੱਲਣੇ ਵੀ ਗਰੀਬਾਂ ਦੇ ਬੱਚੇ ਅਸੀਂ ਨਹੀਂ ਫੀਸਾਂ ਭਰ ਸਕਦੇ, ਸਰਕਾਰੀ ਸਕੂਲਾਂ 'ਚ ਪੜ੍ਹਨਾ ਤੇ ਇੱਥੇ ਹੀ ਆਉਂਦੇ ਨੇ। ਸ਼ੁਰੂ ਤੋਂ ਵੱਡੇ ਬੱਚੇ ਵੀ ਇੱਥੇ ਪੜ੍ਹੇ ਤੇ ਹੋਣਾ, ਛੋਟੇ ਪੋਤਰੇ ਪੋਤਰੀਆਂ ਇਹ ਵੀ ਇੱਥੇ ਪੜ੍ਹਦੇ ਨੇ।